ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟ ਇੰਡੀਆ ਤੋਂ। ਅੱਜ ਆਪਾਂ ਗੱਲ ਕਰਾਂਗੇ UK ਅਤੇ ਕੈਨੇਡਾ ਤੋਂ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ। ਇਸ ਟਾਈਮ ਦੋਸਤੋ, ਜੇ ਆਪਾਂ ਇੰਡੀਆ ਤੋਂ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਪਾਉਂਦੇ ਹਾਂ ਤਾਂ ਬਹੁਤ ਵਧੀਆ ਸਕਸੈਸ ਰੇਟ ਜਿਹੜਾ ਹੈਗਾ ਉਹ ਨਹੀਂ ਹੈ, ਬਹੁਤ ਘੱਟ ਵੀਜ਼ਾ ਆਉਂਦਾ ਹੈ ਉਹਨਾਂ ਲੋਕਾਂ ਦਾ ਵੀਜ਼ਾ ਆ ਰਿਹਾ ਜਿਨ੍ਹਾਂ ਦੇ ਬੱਚੇ ਨੇ ਉੱਥੇ, ਜਾਂ ਕੋਈ ਖਾਸ ਰੀਜ਼ਨ ਹੈਗਾ ਜਾਣ ਦਾ, ਉਹਨਾਂ ਲੋਕਾਂ ਦਾ ਵੀਜ਼ਾ ਜਿਹੜਾ ਹੈਗਾ ਆ ਰਿਹਾ। ਜਿਹੜੇ ਨੋਰਮਲ ਨੇ, ਹੋਟਲ ਬੁਕਿੰਗ 'ਤੇ ਅਪਲਾਈ ਕਰ ਦਿੰਦੇ ਨੇ ਜਾਂ ਕਿਸੇ ਕਜ਼ਨ ਦੀ ਸਪੋਂਸਰ 'ਤੇ, ਕਿਸੇ ਫਰੈਂਡ ਦੀ ਸਪੋਂਸਰ 'ਤੇ ਕਰਦੇ ਨੇ ਇੰਡੀਆ ਤੋਂ, ਵੀਜ਼ਾ ਨਹੀਂ ਆ ਰਿਹਾ। ਬਟ ਕੈਨੇਡਾ ਤੋਂ ਅਤੇ UK ਤੋਂ ਬਹੁਤ ਵਧੀਆ ਸਕਸੈਸ ਰੇਟ ਹੈ ਆਸਟ੍ਰੇਲੀਆ ਦੇ ਵੀਜ਼ਾ ਦਾ, ਇੱਕ ਨੰਬਰ। ਦੂਜੇ ਜਿਹੜੇ ਮੇਰੇ ਵੀਰ ਭੈਣ ਭਰਾ, ਜਿਵੇਂ UK ਹੈ, UK ਆਪਾਂ ਨੂੰ ਪਤਾ ਕਿ ਤੁਸੀਂ ਪੱਕੇ ਹੋਣਾ ਬਹੁਤ ਔਖਾ ਹੈ, UK ਸੈਟਲਮੈਂਟ ਕਰਨੀ ਬਹੁਤ ਔਖੀ ਹੈਗੀ ਸਟੱਡੀ ਤੋਂ ਬਾਅਦ, 1 ਜਾਂ 2 ਸਾਲ ਦਾ ਹੀ ਵਰਕ ਪਰਮਿਟ ਮਿਲਦਾ, ਉਸ ਤੋਂ ਬਾਅਦ ਦਿੱਕਤਾਂ ਆਉਂਦੀਆਂ ਨੇ। ਆਸਟ੍ਰੇਲੀਆ ਤੁਸੀਂ ਜੇ ਤੁਹਾਡੇ ਕੋਲ ਟੂਰਿਸਟ ਵੀਜ਼ਾ, ਟੂਰਿਸਟ ਨੂੰ ਤੁਸੀਂ ਸਟੱਡੀ 'ਚ ਕਨਵਰਟ ਕਰ ਸਕਦੇ ਹੋ, ਅਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਵਰਕ ਪਰਮਿਟ ਅਤੇ PR ਸੈਟਲਮੈਂਟ ਹੋ ਸਕਦੀ ਹੈ। ਔਰ ਆਸਟ੍ਰੇਲੀਆ ਦਾ ਜਿਹੜਾ ਵੈਦਰ ਹੈ ਉਹ UK ਔਰ ਕੈਨੇਡਾ ਨਾਲੋਂ ਕਿਤੇ ਬੈਟਰ ਹੈ। ਕੰਮ ਦੀਆਂ ਓਪਰਚੁਨਿਟੀਜ਼ ਬਹੁਤ ਵਧੀਆ ਨੇ, UK 'ਚ ਕੰਮ ਦੀ ਬਹੁਤ ਦਿੱਕਤ ਹੈ, ਕੈਨੇਡਾ 'ਚ ਇਸ ਟਾਈਮ ਕੰਮ ਦੀ ਬਹੁਤ ਦਿੱਕਤ ਹੈ, ਸੋ ਆਸਟ੍ਰੇਲੀਆ 'ਚ ਕੰਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਔਰ ਪੇ ਰੇਟ ਵੀ ਜ਼ਿਆਦਾ, ਜੇ ਤੁਸੀਂ ਕੰਪੈਰੀਜ਼ਨ ਕਰੋ, ਜਿਹੜਾ ਉੱਥੇ ਸੈਲਰੀ ਮਿਲਦੀ ਹੈ ਪਰ ਆਰ ਦਾ ਜਿਹੜਾ ਰੇਟ ਹੈਗਾ ਉਹ ਘੱਟੋ ਘੱਟ $25 ਹੈਗਾ ਪਰ ਆਰ ਦਾ, ਕੈਨੇਡਾ ਦੇ ਵਿੱਚ $15 ਹੈ ਅਤੇ UK ਦੇ ਵਿੱਚ 8-10 pounds ਹੈਗਾ ਘੰਟੇ ਦਾ। ਸੋ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਕੰਪੇਅਰ ਕਰੀਏ UK ਅਤੇ ਕੈਨੇਡਾ ਨਾਲੋਂ, ਇਸ ਟਾਈਮ ਸੈਟਲਮੈਂਟ ਆਸਟ੍ਰੇਲੀਆ 'ਚ ਬਹੁਤ ਵਧੀਆ, ਔਰ ਇਸ ਟਾਈਮ UK ਔਰ ਕੈਨੇਡਾ ਤੋਂ ਆਸਟ੍ਰੇਲੀਆ ਦਾ ਬਹੁਤ ਵਧੀਆ ਸਕਸੈਸ ਰੇਟ ਆ ਰਿਹਾ। ਅਸੀਂ ਤੁਹਾਡੀ ਹੈਲਪ ਕਰ ਸਕਦੇ ਹੈਗੇ ਹਾਂ ਜੇਕਰ ਤੁਸੀਂ UK ਜਾਂ ਕੈਨੇਡਾ 'ਚ ਸਟੱਡੀ ਵੀਜ਼ਾ 'ਤੇ ਹੋ, ਜਾਂ ਟੂਰਿਸਟ ਵੀਜ਼ਾ 'ਤੇ ਹੋ, ਜਾਂ ਵਰਕ ਪਰਮਿਟ 'ਤੇ ਹੈਗੇ ਹੋ, ਤੁਸੀਂ UK ਔਰ ਕੈਨੇਡਾ ਤੋਂ ਆਸਟ੍ਰੇਲੀਆ ਦਾ ਵੀਜ਼ਾ ਲੈ ਸਕਦੇ ਹੋ। ਕਿਹੜੇ ਕਿਹੜੇ ਪੇਪਰ ਚਾਹੀਦੇ ਨੇ, ਕੀ ਪ੍ਰੋਸੈਸ ਹੈ, ਕਿਵੇਂ ਪ੍ਰੋਸੈਸਿੰਗ ਚੱਲੇਗੀ, ਕੀ ਕੋਸਟ ਹੈ, ਇਹ ਸਾਰੀ ਡਿਟੇਲ ਵਾਸਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਡੈਫੀਨੇਟ ਤੁਹਾਡੀ ਔਨਲਾਈਨ ਹੈਲਪ ਕਰਾਂਗੇ। ਕਿਉਂਕਿ ਆਸਟ੍ਰੇਲੀਆ ਦੇ ਵੀਜ਼ਾ ਲਈ ਨਾ ਤਾਂ ਵੈਸੇ ਜਾਣ ਦੀ ਜ਼ਰੂਰਤ ਹੈ, ਨਾ ਹੀ ਬਾਇਓਮੈਟ੍ਰਿਕ ਦੀ ਜ਼ਰੂਰਤ ਹੈਗੀ ਹੈ। ਸੋ ਜੇਕਰ ਤੁਸੀਂ UK ਜਾਂ ਕੈਨੇਡਾ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਸਾਨੂੰ ਸਾਡੇ ਹੈਲਪਲਾਈਨ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।